ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਮੋਟਰਸਾਈਕਲ ਆਰਸੀ ਨੂੰ ਰੀਨਿਊ ਕਰਨ ਦੇ ਲਈ ਕਿਹੜੇ ਪਰੂਫ ਲੱਗਣਗੇ, ਕਿੰਨਾ ਖਰਚਾ ਆਏਗਾ, ਕਿੰਨੇ ਦਿਨ ਵਿੱਚ ਹੋਵੇਗੀ, ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ। ਚੈਨਲ 'ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਦੀ ਆਰਸੀ ਰੀਨਿਊ ਜਿਹੜੀ ਹੈ ਸਿਰਫ ਉਹੀ ਹੋਵੇਗੀ ਜਿਹੜੀ ਤੁਹਾਡੀ ਪਹਿਲਾਂ ਹੀ ਆਨਲਾਈਨ ਹੈ। ਕੁਝ ਆਰਸੀਆਂ ਜਿਹੜੀਆਂ ਕਿ ਆਨਲਾਈਨ ਨਹੀਂ ਹੁੰਦੀਆਂ, ਜਿਹੜੀਆਂ ਆਰਸੀਆਂ ਕਾਪੀ ਵਾਲੀਆਂ ਬਣੀਆਂ ਹੋਈਆਂ ਨੇ ਉਹਨਾਂ ਕਾਪੀਆਂ ਨੂੰ ਆਨਲਾਈਨ ਰੀਨਿਊ ਕਰਨ ਦਾ ਜਿਹੜਾ ਕੰਮ ਹੈ ਉਹ ਸਿਰਫ ਤੇ ਸਿਰਫ ਆਰਟੀਓ ਦਫ਼ਤਰ ਵਾਲੇ ਹੀ ਕਰ ਸਕਦੇ ਨੇ। ਇਹ ਕੰਮ ਤੁਹਾਡਾ ਬਾਹਰੋਂ ਕਿਸੇ ਵੀ ਕੈਫੇ ਤੋਂ ਨਹੀਂ ਹੋਵੇਗਾ, ਪਰ ਕੈਫੇ ਤੋਂ ਜਿਹੜਾ ਕੰਮ ਹੋਏਗਾ ਉਹ ਸਿਰਫ ਉਹਨਾਂ ਹੀ ਆਰਸੀਆਂ ਦਾ ਹੁੰਦਾ ਹੈ ਜਿਹੜੀਆਂ ਚਿੱਪ ਵਾਲੀਆਂ ਬਣੀਆਂ ਹੁੰਦੀਆਂ ਨੇ ਅਤੇ ਜਿਹੜੀਆਂ ਕਾਪੀਆਂ ਆਨਲਾਈਨ ਪਹਿਲਾਂ ਹੀ ਸ਼ੋ ਹੁੰਦੀਆਂ ਨੇ। ਠੀਕ ਹੈ ਜੀ। ਸੋ ਜੇਕਰ ਤੁਹਾਡੀ ਵੀ ਕਾਪੀ ਆਨਲਾਈਨ ਪਹਿਲਾਂ ਹੈ, ਆਰਸੀ ਪਲਾਸਟਿਕ ਵਾਲੀ ਜਾਂ ਚਿੱਪ ਵਾਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਆਨਲਾਈਨ ਹੈ, ਤਾਂ ਫਿਰ ਹੀ ਤੁਸੀਂ ਇਸ ਨੂੰ ਰੀਨਿਊ ਕਰ ਸਕਦੇ ਹੋ। ਜੇਕਰ ਤੁਹਾਡੀ ਆਰਸੀ ਪਹਿਲਾਂ ਆਨਲਾਈਨ ਨਹੀਂ ਹੈ ਤਾਂ ਪਹਿਲਾਂ ਤੁਹਾਨੂੰ ਆਨਲਾਈਨ ਕਰਵਾਉਣੀ ਪਵੇਗੀ, ਉਸ ਤੋਂ ਬਾਅਦ ਤੁਹਾਨੂੰ ਆਪਣੀ ਕਾਪੀ ਰੀਨਿਊ ਕਰਵਾਉਣੀ ਹੋਵੇਗੀ। ਠੀਕ ਹੈ ਜੀ। ਸੋ ਤੁਹਾਨੂੰ ਅਸੀਂ ਹੁਣ ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀਂ ਸਾਡੇ ਕੋਲੋਂ ਰੀਨਿਊ ਕਰਵਾਉਣ ਦੀ ਸੋਚ ਰਹੇ ਹੈਗੇ ਹੋ ਤਾਂ ਤੁਹਾਡੀ ਜਿਹੜੀ ਆਰਸੀ ਹੈ ਚਿੱਪ ਵਾਲੀ ਹੋਣੀ ਚਾਹੀਦੀ ਹੈ, ਪਲਾਸਟਿਕ ਵਾਲੀ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਸਾਡੇ ਕੋਲੋਂ ਆਨਲਾਈਨ ਰੀਨਿਊ ਕਰਵਾ ਸਕਦੇ ਹੋ। ਰੀਨਿਊ ਕਰਨ ਵਾਸਤੇ ਮੋਟਰਸਾਈਕਲ ਦੀ ਆਰਸੀ ਲਈ ਪਰੂਫ ਜਿਹੜੇ ਲੱਗਦੇ ਨੇ ਨੋਟ ਕਰ ਲਵੋ। ਪੁਰਾਣੀ ਆਰਸੀ ਲੱਗੇਗੀ ਤੁਹਾਡੀ, ਇੰਸ਼ੋਰੈਂਸ ਲੱਗੇਗੀ, ਪ੍ਰਦੂਸ਼ਣ ਸਰਟੀਫਿਕੇਟ ਲੱਗੇਗਾ, ਇੱਕ ਤੁਹਾਡਾ ਸਵੈ ਘੋਸ਼ਣਾ ਪੱਤਰ ਫਾਰਮ ਲੱਗੇਗਾ। ਠੀਕ ਹੈ ਜੀ। ਔਰ ਇੱਕ ਤੁਹਾਡਾ ਇਹਦੇ ਵਿੱਚ ਚੈਸੀ ਨੰਬਰ ਜਿਹੜਾ ਆ ਉਹ ਟਰੇਸ ਕਰਕੇ ਲੱਗੇਗਾ। ਜਿਹਦੇ ਨਾਮ 'ਤੇ ਆਰਸੀ ਆ ਉਹਦਾ ਆਧਾਰ ਕਾਰਡ ਵੀ ਲੱਗੇਗਾ ਅਤੇ ਪੈਨ ਕਾਰਡ ਵੀ ਲੱਗੇਗਾ। ਇਹ ਸਾਰੇ ਪਰੂਫ ਜਿਹੜੇ ਨੇ ਤੁਹਾਡੇ ਆਰਸੀ ਰੀਨਿਊ ਕਰਨ ਦੇ ਵਿੱਚ ਲੱਗਣਗੇ। ਜੇਕਰ ਅਸੀਂ ਇੰਸ਼ੋਰੈਂਸ ਦੀ ਗੱਲ ਕਰੀਏ ਅਤੇ ਪ੍ਰਦੂਸ਼ਣ ਪਰਚੀ ਦੀ ਗੱਲ ਕਰੀਏ ਖਰਚੇ ਦੀ, ਤਾਂ ਇੰਸ਼ੋਰੈਂਸ ਜਿਹੜੀ ਹੈ ਤੁਸੀਂ ਸਾਡੇ ਕੋਲ 700 ਰੁਪਏ ਵਿੱਚ ਕਰਵਾ ਸਕਦੇ ਹੋ ਅਤੇ ਜਿਹੜੀ ਪ੍ਰਦੂਸ਼ਣ ਪਰਚੀ ਆ ਉਹ 50 ਰੁਪਏ ਦੇ ਵਿੱਚ ਬਣਵਾ ਸਕਦੇ ਹੋ। ਮਤਲਬ ਕਿ ਟੋਟਲ ਖਰਚਾ ਜਿਹੜਾ ਆ ਤੁਹਾਡਾ ਇੰਸ਼ੋਰੈਂਸ ਦਾ ਅਤੇ ਪ੍ਰਦੂਸ਼ਣ ਦਾ 750 ਰੁਪਏ ਆ ਜਾਂਦਾ ਆ। ਫਿਰ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਵਹੀਕਲ ਦੀ। ਜੇਕਰ ਤੁਹਾਡਾ ਵਹੀਕਲ 110 ਸੀਸੀ ਤੋਂ ਥੱਲੇ ਆ, ਠੀਕ ਆ, 110 ਸੀਸੀ ਤੋਂ ਥੱਲੇ ਆ, ਤਾਂ ਫਿਰ ਤੁਹਾਡਾ ਖਰਚਾ ਜਿਹੜਾ ਆ ਲਗਭਗ ਲਮਸਮ ਜਿਹੜਾ ਆ 3500 ਰੁਪਇਆ ਆ ਜਾਂਦਾ ਆ ਇੰਸ਼ੋਰੈਂਸ ਅਤੇ ਪ੍ਰਦੂਸ਼ਣ ਦਾ ਖਰਚਾ ਕੱਢ ਕੇ। ਜੇਕਰ ਤੁਸੀਂ ਉੱਕਾ ਮੁੱਕਾ ਕਰਨਾ ਤਾਂ ਫਿਰ ਤੁਹਾਡਾ ਖਰਚਾ 4000 ਰੁਪਇਆ ਆ ਜਾਂਦਾ, 4045 ਰੁਪਏ ਦੇ ਵਿੱਚ ਇੰਨਾ ਕੁ ਖਰਚਾ ਜਿਹੜਾ ਤੁਹਾਡਾ ਆਰਸੀ ਨੂੰ ਰੀਨਿਊ ਕਰਨ ਦੇ ਵਿੱਚ ਆ ਜਾਂਦਾ। ਉਹਦੇ ਵਿੱਚ ਹੀ ਤੁਹਾਡੀ ਗਵਰਨਮੈਂਟ ਫੀਸ ਹੁੰਦੀ ਹੈ, ਉਹਦੇ ਵਿੱਚ ਹੀ ਤੁਸੀਂ ਜਿਹੜੀ ਟੈਕਸ ਫੀਸ ਹੁੰਦੀ ਹੈ ਉਹ ਹੁੰਦੀ ਆ, ਔਰ ਉਹਦੇ ਵਿੱਚ ਹੀ ਤੁਹਾਡਾ ਜਿਹੜਾ ਫਿਟਨੈਸ ਸਰਟੀਫਿਕੇਟ ਦੀ ਫੀਸ ਹੁੰਦੀ ਆ ਉਹ ਵੀ ਉਹਦੇ ਵਿੱਚ ਹੀ ਇਨਕਲੂਡ ਹੁੰਦੀ ਆ। ਇੰਨਾ ਕੁ ਖਰਚਾ ਜਿਹੜਾ ਤੁਹਾਡਾ ਆ ਜਾਂਦਾ। ਬਾਕੀ ਜੇਕਰ ਅਸੀਂ ਗੱਲ ਕਰੀਏ ਕਿ ਕਿੰਨੇ ਦਿਨ ਵਿੱਚ ਹੋ ਜਾਂਦੀ ਆਰਸੀ ਰੀਨਿਊ, ਹੁੰਦਾ ਕੀ ਆ ਕਿ ਜਦੋਂ ਅਸੀਂ ਤੁਹਾਡੀ ਫਾਈਲ ਨੂੰ ਆਨਲਾਈਨ ਅਪਲੋਡ ਕਰ ਦਿੰਦੇ ਹੈਗੇ ਹਾਂ, ਫਾਈਲ ਤੁਹਾਡੀ ਕੰਪਲੀਟ ਹੋ ਜਾਂਦੀ ਆ, ਤਾਂ ਇਸ ਤੋਂ ਬਾਅਦ ਤੁਹਾਨੂੰ ਫਾਈਲ ਲੈ ਕੇ ਜਾਣਾ ਹੁੰਦਾ ਆ, ਜਿਹੜੇ ਪ੍ਰਿੰਟ ਆਊਟ ਨਿਕਲਦੇ ਨੇ ਉਸ ਫਾਈਲ ਨੂੰ ਅਤੇ ਆਪਣਾ ਮੋਟਰਸਾਈਕਲ ਨੂੰ ਆਰਸੀ ਨੂੰ ਜਿਹੜੇ ਪਰੂਫ ਤੁਹਾਨੂੰ ਦੱਸੇ ਨੇ ਇਹ ਸਾਰੀ ਫਾਈਲ ਲੈ ਕੇ ਜਾਣਾ ਹੁੰਦਾ ਆਰਟੀਓ ਦਫ਼ਤਰ। ਮੰਨ ਲਓ ਕਿ ਤੁਹਾਡਾ ਆਰਟੀਓ ਦਫ਼ਤਰ ਗੁਰਦਾਸਪੁਰ ਹੈ, ਤੁਹਾਨੂੰ ਗੁਰਦਾਸਪੁਰ ਜਾਣਾ ਪਵੇਗਾ। ਜੇਕਰ ਤੁਹਾਡਾ ਆਰਟੀਓ ਦਫ਼ਤਰ ਡੇਰਾ ਬਾਬਾ ਨਾਨਕ ਹੈ ਤਾਂ ਫਿਰ ਤੁਹਾਨੂੰ ਡੇਰਾ ਬਾਬਾ ਨਾਨਕ ਜਾਣਾ ਪਵੇਗਾ।
ਜੇਕਰ ਤੁਹਾਡਾ ਕੋਈ ਹੋਰ ਜ਼ਿਲ੍ਹਾ ਹੈਗਾ ਆ, ਠੀਕ ਹੈ ਜੀ, ਸੋ ਜਿਹੜਾ ਵੀ ਤੁਹਾਨੂੰ ਆਪਣਾ ਜ਼ਿਲ੍ਹਾ ਪੈਂਦਾ ਹੋਏਗਾ ਉਹਦੇ ਅਕੋਰਡਿੰਗ ਤੁਹਾਨੂੰ ਆਪਣੇ ਜ਼ਿਲ੍ਹੇ ਦੇ RTO ਦਫ਼ਤਰ ਜਾ ਕੇ ਫਾਈਲ ਆਪਣੀ ਜਮ੍ਹਾਂ ਕਰਵਾਉਣੀ ਹੁੰਦੀ ਆ। ਫਾਈਲ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਕਿਸੇ ਦੀ RC ਨੂੰ ਮਹੀਨਾ ਵੀ ਲੱਗ ਜਾਂਦਾ, ਕਿਸੇ ਨੂੰ 2 ਮਹੀਨੇ ਵੀ ਲੱਗ ਜਾਂਦੇ ਨੇ। ਇਹ ਕੋਈ ਟਾਈਮ ਜਿਹੜਾ ਫਿਕਸ ਨਹੀਂ ਹੁੰਦਾ ਕਿ ਇੰਨੇ ਦਿਨਾਂ ਵਿੱਚ ਬਣ ਜਾਏਗੀ ਜਾਂ ਰੀਨਿਊ ਹੋ ਜਾਏਗੀ। ਬਾਕੀ ਤੁਸੀਂ ਆਪਣਾ ਸਟੇਟਸ ਜਿਹੜਾ ਸਮੇਂ ਸਮੇਂ ਤੇ ਚੈੱਕ ਜਿਹੜਾ ਕਰਦੇ ਰਹਿਣਾ ਚਾਹੀਦਾ ਤੁਹਾਨੂੰ। ਸੋ ਜਿਸ ਵੀ ਕਿਸੇ ਨੇ RC ਰੀਨਿਊ ਕਰਵਾਉਣੀ ਹੋਵੇ ਸਾਡੇ ਕੈਫੇ ਤੇ ਆ ਕੇ ਵੀ ਸਾਡੇ ਕੋਲੋਂ ਵੀ ਰੀਨਿਊ ਕਰਵਾ ਸਕਦੇ ਨੇ। ਬਾਕੀ ਜਿਹੜਾ ਤੁਹਾਨੂੰ ਖਰਚਾ ਦੱਸਿਆ ਹੈ, ਖਰਚਾ ਤੁਹਾਡਾ ਇੰਨਾ ਕੁ ਜਿਹੜਾ ਹੋ ਜਾਂਦਾ ਹੈ ਟੋਟਲ, ਜਿਹਦੇ ਨਾਲ ਤੁਹਾਡੀ 5 ਸਾਲ ਦੀ RC ਜਿਹੜੀ ਹੈ ਦੁਬਾਰਾ ਐਕਸਟੈਂਡ ਹੋ ਜਾਂਦੀ ਹੈ। ਸੋ ਜਿਸ ਨੇ ਰੀਨਿਊ ਕਰਵਾਉਣੀ ਹੈ ਸਿਰਫ ਉਹੀ ਵਿਜ਼ਿਟ ਕਰੇ। ਬਾਕੀ ਅਸੀਂ ਤੁਹਾਨੂੰ ਜਿਹੜੀ ਇਨਕੁਆਇਰੀ ਹੈਗੀ ਆ, ਕਈ ਪੁੱਛ ਗਿੱਛ ਕਰਨ ਵਾਲੇ ਆ ਜਾਂਦੇ ਨੇ, ਅੱਧਾ ਅੱਧਾ ਘੰਟਾ ਟਾਈਮ ਖਰਾਬ ਕਰਕੇ ਚਲੇ ਜਾਂਦੇ ਨੇ, ਉਹਨਾਂ ਨੂੰ ਬੇਨਤੀ ਆ ਕਿ ਸਾਰੀਆਂ YouTube ਤੇ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਉਹ ਵੀਡੀਓ ਦੇਖ ਲਿਆ ਕਰੋ। ਬਾਕੀ ਫੋਨ ਕਾਲ ਜਿਹੜਾ ਆਪਾਂ ਕਿਸੇ ਦਾ ਅਟੈਂਡ ਨਹੀਂ ਕਰਦੇ। ਧੰਨਵਾਦ।